ਅਕਾਲ ਕਿਸਾਨ ਵੀਰੋ, ਤੁਸੀਂ ਦੇਖ ਰਹੇ ਹੋ ਕਿਸਾਨ ਖੇਤੀ ਵਿਚਾਰ ਤੇ ਮੈਂ ਚਮਕੌਰ ਸਿੰਘ। ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਕਾਫੀ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਹੈ ਜਿਹੜਾ ਉਹ ਚੱਲ ਰਿਹਾ, ਕਿਸਾਨ ਕਾਫੀ ਲੰਬੇ ਸਮੇਂ ਤੋਂ, ਉਹਨਾਂ ਨੂੰ ਤਕਰੀਬਨ 3 ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਜਿਹੜਾ ਉਹ ਹੋ ਗਿਆ ਕਿ ਜਿਹੜਾ ਕਿਸਾਨ ਵੀਰ ਨੇ ਜਿਹੜੇ ਦਿੱਲੀ ਮੋਰਚੇ ਤੇ ਬੈਠੇ ਨੇ। ਤੇ ਇਸ ਦੇ ਸੰਬੰਧ ਚ ਇੱਕ ਹੋਰ ਖਬਰ ਜਿਹੜੀ ਨਵੀਂ ਸੁਣਨ ਨੂੰ ਆ ਰਹੀ ਹੈ, ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਗੱਲ ਜਿਹੜੀ ਸੁਣਨ ਨੂੰ ਆ ਰਹੀ ਹੈ ਕਿ ਖਾਦਾਂ ਦੇ ਰੇਟ ਨੇ ਜਿਹੜੇ ਉਹ ਪਹਿਲਾਂ ਨਾਲੋਂ ਜਿਹੜੇ ਹੈਗੇ ਨੇ ਵੱਧ ਚੁੱਕੇ ਨੇ। ਉਹਦੇ ਸੰਬੰਧ ਵਿੱਚ ਹੀ ਅੱਜ ਗੱਲ ਕਰਨ ਲਈ ਸਾਡੇ ਨਾਲ ਸੰਬੰਧਿਤ ਅਧਿਕਾਰੀ ਸਰਦਾਰ ਬਲਦੇਵ ਸਿੰਘ ਜੀ, ਜਿਹੜੇ ਕਿ ਜੁਆਇੰਟ ਡਾਇਰੈਕਟਰ ਇਨਪੁੱਟਸ ਨੇ, ਉਹ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹਾਂਜੀ, ਸਾਰੇ ਕਿਸਾਨ ਵੀਰਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਕਿਸਾਨ ਵੀਰੋ, ਤੁਹਾਨੂੰ ਪਤਾ ਹੀ ਹੈ ਕਿ ਖਾਦਾ ਖੇਤੀਬਾੜੀ ਦੇ ਵਿੱਚ ਬੜਾ ਮਹੱਤਵ ਰੱਖਦੀਆਂ ਨੇਗੀਆਂ, ਜਿੰਨਾ ਤੇ ਸਾਡੀ ਪੈਦਾਵਾਰ ਨਿਰਭਰ ਕਰਦੀ ਹੈ। ਸਾਡਾ ਲਗਭਗ 25-30% ਤੱਕ ਜਿਹੜੀਆਂ ਖਾਦਾਂ ਦੇ ਖਰਚੇ ਆਉਂਦੇ ਨੇਗੇ। ਸੋ ਜਿਸ ਤਰ੍ਹਾਂ ਤੁਸੀਂ ਸੁਣਦੇ ਹੋ ਜਾਂ ਅਖਬਾਰਾਂ ਦੇ ਵਿੱਚ ਵੀ ਰੇਟ ਵਧਣਗੇ, ਪਰ ਫਿਲਹਾਲ ਅਜੇ ਕੋਈ ਰੇਟ ਜਿਹੜੇ DAP ਦੇ ਜਾਂ ਯੂਰੀਏ ਦੇ ਅਜੇ ਤੱਕ ਵਧੇ ਨੀਗੇ। ਸੋ ਕਈ ਕੰਪਨੀਆਂ ਨੇਗੀਆਂ ਜਿਹੜੀਆਂ ਜਿਹਨਾਂ ਨੇ ਅਪ੍ਰੈਲ ਦੇ ਵਿੱਚ DAP ਸਪਲਾਈ ਕਰਨਗੀਆਂ, ਉਹਨਾਂ ਦੇ ਹੋ ਸਕਦਾ ਰੇਟ ਵੱਧ ਜਾਣ, ਆਪਣਾ 100 ਰੁਪਇਆ ਜਾਂ 200 ਰੁਪਇਆ ਪਰ ਪੈਂਦਾ। ਪਰ ਇਸ ਕੋਲ ਜਿਹੜਾ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ DAP ਕਾਫੀ ਮਾਤਰਾ ਦੇ ਵਿੱਚ ਪਿਆ, ਤੇ ਉਸਦਾ ਰੇਟ ਜਿਹੜਾ ਵਾ 1200 ਰੁਪਏ ਰੇਟ ਉਸ DAP ਦਾ ਇੱਕ ਥੈਲੇ ਦਾ। ਸੋ ਇਸ ਕਰਕੇ ਕਿਸਾਨ ਵੀਰੋ, ਕੋਈ ਘਬਰਾਉਣ ਵਾਲੀ ਗੱਲ ਨਹੀਂ ਜੀ। ਆਮ ਤੌਰ ਤੇ ਅਸੀਂ ਜਿਹੜਾ ਸਾਉਣੀ ਦੇ ਸੀਜ਼ਨ ਦੇ ਵਿੱਚ ਇਹੀ ਗੱਲ ਕਰਦੇ ਹਾਂ ਕਿ ਸਾਨੂੰ ਝੋਨੇ ਦੇ ਵਿੱਚ ਖਾਦ ਪਾਉਣ ਦੀ ਜਿਹੜੀ ਹੈ DAP ਲੋੜ ਨਹੀਂ, ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬੜੇ ਲੰਮਾ ਸਮੇਂ ਤੋਂ ਤਜਰਬੇ ਕਰਕੇ ਇਹ ਸਿੱਧ ਕੀਤਾ ਵੀ ਜੇ ਅਸੀਂ ਝੋਨੇ ਨੂੰ DAP ਨਾ ਪਾਈਏ ਤਾਂ ਵੀ ਸਾਡੀ ਜਿਹੜੀ ਆ ਪੈਦਾਵਾਰ ਵਧੀਆ ਹੁੰਦੀ ਹੈ, ਕਿਉਂਕਿ ਅਸੀਂ ਕਣਕ ਨੂੰ ਪੂਰਾ DAP ਪਾਇਆ ਹੁੰਦਾ। ਇਸ ਕਰਕੇ ਸਾਨੂੰ DAP ਦੇ ਵਿੱਚ ਕੋਈ ਝਾੜ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ। ਸੋ ਕਿਸਾਨ ਵੀਰੋ, ਜਿੱਥੋਂ ਤੱਕ ਦੂਸਰੀਆਂ ਉਮੀਦ ਹੈ ਵੀ ਜਿਹੜੀ ਆ DAP ਤੇ ਜਿਹੜੀ ਆ MOP ਜਿਹਨੂੰ ਆਪਾਂ ਮਿਊਰੇਟ ਆਫ ਪੋਟਾਸ਼ ਵੀ, ਇਹਨਾਂ ਦੀ ਕੀਮਤਾਂ ਜਿਹੜੀਆਂ ਨੇਗੀਆਂ ਇਹ ਥੋੜਾ ਵੱਧ ਸਕਦੀਆਂ ਨੇਗੀਆਂ। ਜੀ ਜੀ, ਇਹਦਾ ਇੰਪਲੀਮੈਂਟੇਸ਼ਨ ਕਦੋਂ ਤੋਂ ਹੋਣਾ ਹੈ, ਜਦੋਂ ਇਹਨਾਂ ਦਾ ਖਾਦਾਂ ਦਾ ਰੇਟ ਬਣ ਸਕਣਾ ਹੈ, ਕੀ ਅਪ੍ਰੈਲ ਤੋਂ ਹੀ ਇਸੇ ਮਹੀਨੇ ਤੋਂ ਇਹਨਾਂ ਦਾ ਇੰਪਲੀਮੈਂਟੇਸ਼ਨ ਹੋ ਜਾਏਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇੰਪਲੀਮੈਂਟੇਸ਼ਨ ਹੋਣ ਦੀ ਸੰਭਾਵਨਾ ਹੈ? ਅਜੇ ਫਿਲਹਾਲ ਜਿੰਨਾ ਸਾਡੇ ਕੋਲ ਪੰਜਾਬ ਦੇ ਵਿੱਚ ਸਟਾਕ ਪਿਆ ਤੇ ਸਾਉਣੀ ਦੇ ਲਈ ਕਾਫੀ ਆ, ਕਿਉਂਕਿ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਕਾਫੀ DAP ਮਾਤਰਾ ਦੇ ਵਿੱਚ। ਪਰ ਜਿਹੜਾ ਹੁਣ ਅਪ੍ਰੈਲ ਦੇ ਵਿੱਚ ਕੰਪਨੀਆਂ ਜਿਸ ਤਰ੍ਹਾਂ ਆਪਣੇ ਇੰਡੀਅਨ ਪੋਟਾਸ਼ ਲਿਮਿਟਡ ਆ ਜਾਂ PPL ਕੰਪਨੀਆਂ ਜਾਂ ਚੰਬਲ ਕੰਪਨੀਆਂ ਜਿਹੜੀਆਂ ਕਿ DAP ਇਹ ਬਣਾਉਂਦੀਆਂ ਵੀ ਨੇ ਤੇ ਇਹ ਆਪਣੀ ਸਟੇਟ ਦੇ ਵਿੱਚ ਲਿਆ ਕੇ ਇਹ ਵੇਚਦੀਆਂ ਵੀ ਨੇ, ਤਾਂ ਇਹਨਾਂ ਦਾ ਜਿਹੜਾ ਨਵਾਂ ਸਟਾਕ ਆਊਗਾ ਉਹ ਹੋ ਸਕਦਾ ਵੀ ਉਹਦੀ ਕੀਮਤ ਜਿਹੜੀ ਆ ਉਹ ਜਿੱਥੇ 1200 ਰੁਪਈਆ ਉੱਥੇ ਹੋ ਸਕਦਾ ਵੀ 1400 ਰੁਪਈਏ ਜਿਹੜੀ ਆ ਇਹਦੀ ਕੀਮਤ ਇਹਨਾਂ ਕੰਪਨੀਆਂ ਵੱਲੋਂ ਲਿਖੀ ਜਾਵੇ। ਕਿਉਂਕਿ ਆਪਣਾ ਗੁਆਂਢੀ ਰਾਜ ਹਰਿਆਣਾ ਉਹਦੇ ਵਿੱਚ ਵੀ ਕਈ ਕੰਪਨੀਆਂ ਨੇ ਸਪਲਾਈ ਕੀਤਾ ਤੇ ਉਹਦੇ ਵਿੱਚ ਵੀ 1400 ਤੋਂ ਲੈ ਕੇ 1500 ਦੀ ਰੇਂਜ ਦੇ ਵਿੱਚ ਤਾਂ ਪਹਿਲਾਂ ਜਿਹੜਾ DAP ਦਾ ਰੇਟ ਜਿਹੜਾ ਉਹਨਾਂ ਨੇ ਸਪਲਾਈ ਕੀਤਾ। ਸੋ ਪੰਜਾਬ ਦੇ ਵਿੱਚ ਅਜੇ ਫਿਲਹਾਲ ਜਿਹੜੀ ਕਿਸੇ DAP ਦੀ ਸਪਲਾਈ ਹੁਣ ਸ਼ੁਰੂ ਹੋਊਗੀ, ਉਹਦੇ ਲਈ ਜਿਹੜਾ ਨਵਾਂ ਰੇਟ ਆ, ਜਿਹੜਾ ਨਵੀਆਂ ਕੰਪਨੀਆਂ ਜਿਹੜੀਆਂ ਜਿਹੜਾ ਵੀ ਲਿਆਉਣਗੀਆਂ ਉਹ ਅਗਾ ਉਹ ਕਿਸਾਨ ਤੋਂ ਜਿਹੜਾ ਉਹ ਚਾਰਜ ਕਰਨਗੇ। ਜੀ ਜੀ, ਤੇ ਸਰ ਇੱਕ ਹੋਰ ਜਿਹੜੀ ਗੱਲ ਸੁਣਨ ਚ ਆਈ ਹੈ ਕਿ ਆਨਲਾਈਨ ਪੋਰਟਲ ਦੇ ਥਰੂ ਹੀ ਜਿਹੜੀ ਫਸਲ ਹੈ ਉਹ ਕਿਸਾਨ ਵੀਰ ਵੇਚ ਸਕਣਗੇ, ਤੇ ਉਸ ਤੋਂ ਬਿਨਾ ਜਿਹੜੀ ਫਸਲ ਹੈ ਉਹਦਾ ਜਿਹੜਾ ਮੁਆਵਜ਼ਾ ਹੈ ਉਹ ਕਿਸਾਨ ਵੀਰਾਂ ਨੂੰ ਨਹੀਂ ਮਿਲੇਗਾ, ਕੀ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਕੀ ਇਹਦੇ ਤੇ ਕੋਈ ਫੈਸਲਾ ਆਇਆ ਹਾਲੇ ਤੱਕ? ਅਜੇ ਤੱਕ ਤਾਂ ਪੰਜਾਬ ਗੌਰਮੈਂਟ ਵੱਲੋਂ ਪੁਰਾਣਾ ਸਿਸਟਮ ਹੀ ਜਿਹੜਾ ਅਡੋਪਟ ਕੀਤਾ ਗਿਆ, ਕਿਉਂਕਿ ਸਾਡੀ ਹੁਣ ਹਾੜੀ ਦੀ ਜਿਹੜੀ ਕਣਕ ਦੀ ਕਟਾਈ ਹੈ ਤਕਰੀਬਨ 10 ਅਪ੍ਰੈਲ ਤੋਂ ਸ਼ੁਰੂ ਹੋਊਗੀ, ਪਰ ਫਿਲਹਾਲ ਜਿਹੜਾ ਉਹੀ ਪੁਰਾਣਾ ਜਿਹੜਾ ਸਿਸਟਮ ਆ ਪੰਜਾਬ ਸਰਕਾਰ ਵੱਲੋਂ ਅਡੋਪਟ ਕੀਤਾ ਗਿਆ। ਸੋ ਕਿਸਾਨ ਵੀਰਾਂ ਨੂੰ ਘਬਰਾਉਣ ਵਾਲੀ ਕੋਈ ਗੱਲ ਨਹੀਂ ਕਿ ਪੰਜਾਬ ਸਰਕਾਰ ਪੂਰੀ ਚਿੰਤਤ ਆ, ਸਾਰੇ ਕਿਸਾਨ ਵੀਰਾਂ ਦਾ ਦਾਣਾ ਜਿਹੜਾ ਉਹ ਖਰੀਦਿਆ ਜਾਊਗਾ। ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਕਣਕ ਦੀ ਜਿਹੜੀ ਆ ਮਾਰਕੀਟਿੰਗ ਦਾ ਜਿਹੜਾ ਉਹਨਾਂ ਨੂੰ ਕਿਸਾਨਾਂ ਨੂੰ ਅਦਾਇਗੀ ਕਰਨ ਦਾ, ਉਹਦੇ ਨਾਲ
ਜਿਹੜੇ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਜਿਹੜੇ ਵੱਡੇ ਪੱਧਰ ਤੇ ਜਿਸ ਤਰ੍ਹਾਂ ਯੂਰੀਏ ਦਾ ਪ੍ਰਬੰਧ ਕਰਨਾ, DAP ਦਾ ਪ੍ਰਬੰਧ ਕਰਨਾ, MOP ਦਾ ਪ੍ਰਬੰਧ ਕਰਨਾ ਤੇ NPK ਜਾਂ ਵਾਟਰ ਸੋਲੂਬਲ ਜਿਹੜੀਆਂ ਨੇ ਖਾਦਾਂ ਦਾ, ਉਹਨਾਂ ਦਾ ਸਾਰਾ ਪ੍ਰਬੰਧ ਖੇਤੀਬਾੜੀ ਮਹਿਕਮੇ ਵੱਲੋਂ ਕੀਤਾ ਗਿਆ। ਤੋਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਹਾੜੀ ਦੇ ਸੀਜ਼ਨ ਦੇ ਵਿੱਚ ਟ੍ਰੇਨਾਂ ਬੰਦ ਹੋਣ ਕਾਰਨ ਕਿਸਾਨਾਂ 'ਚ ਕਾਫੀ ਦੁਬਿਧਾ ਦੇ ਵਿੱਚ ਸੀ ਵੀ ਕੀ ਕਰੀਏ, ਪਰ ਜੀ ਫਿਰ ਵੀ ਪੰਜਾਬ ਸਰਕਾਰ ਨੇ ਕਾਫੀ ਉਪਰਾਲੇ ਕਰਕੇ ਟਾਈਮ ਸਿਰ ਜਿਹੜਾ ਯੂਰੀਆ ਲਿਆ ਕੇ ਉਹ ਪਹੁੰਚ ਕਿਸਾਨਾਂ ਦਾ ਜਿਹੜਾ ਉਹ ਸੇਵਾ ਕੀਤੀ ਆ। ਤੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੱਗ ਨਹੀਂ ਗਿਆ ਕਿ ਪੂਰੇ ਹਾਲਾਤ ਨੇ ਜਿਹੜੇ ਠੀਕ ਨੇਗੇ ਤੇ ਕੰਪਨੀਆਂ ਨੇ DAP ਯੂਰੀਆ ਜਿਹੜਾ ਉਹ ਹੁਣ ਤੋਂ ਸਟਾਕ ਕਰਨਾ ਸ਼ੁਰੂ ਕਰਨਗੀਆਂ ਤੇ ਕੋਈ ਘਾਟ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਗੀ। ਸੋ ਕਿਸਾਨ ਵੀਰੋ ਬਿਲਕੁਲ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਜੇ ਕੋਈ ਤੁਹਾਨੂੰ ਕਿਤੇ ਅਫਵਾਹ ਕਿਤੇ ਲੱਗਦੀ ਆ, ਉਹ ਖੇਤੀਬਾੜੀ ਮਹਿਕਮੇ ਸਾਡੇ ਮੁੱਖ ਖੇਤੀਬਾੜੀ ਅਫਸਰ ਨੇ, ਬਲਾਕ ਖੇਤੀਬਾੜੀ ਅਫਸਰ ਨੇ, ਜੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਬਹੁਤ ਬਹੁਤ ਧੰਨਵਾਦ ਜੀ ਬਲਦੇਵ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਜਿਹੜੀ ਕਿਸਾਨਾਂ ਨਾਲ ਸਾਂਝੀ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਹਰ ਇੱਕ ਸਵਾਲ ਦਾ ਜਵਾਬ ਉਹਨਾਂ ਨੂੰ ਮਿਲ ਗਿਆ ਹੋਵੇਗਾ, ਪਰ ਜੇ ਵੀ ਉਹਨਾਂ ਦਾ ਕੋਈ ਸਵਾਲ ਹੋਰ ਰਹਿੰਦਾ ਹੋਇਆ ਤਾਂ ਅਸੀਂ ਆਸ ਕਰਦੇ ਹਾਂ ਕਮੈਂਟ ਬਾਕਸ ਵਿੱਚ ਸਾਨੂੰ ਕੋਈ ਵੀ ਸਵਾਲ ਆਏਗਾ ਤਾਂ ਤੁਹਾਡੇ ਤੋਂ ਪੁੱਛ ਕੇ ਅਸੀਂ ਉਸਦਾ ਹਰ ਇੱਕ ਸਵਾਲ ਦਾ ਜਵਾਬ ਦੇਣ ਦੀ ਉਹਨਾਂ ਨੂੰ ਕੋਸ਼ਿਸ਼ ਕਰੀਏ। ਹਾਂ ਜੀ ਬਿਲਕੁਲ ਜ਼ਰੂਰ, ਹਾਂ ਜੀ ਧੰਨਵਾਦ ਜੀ, ਧੰਨਵਾਦ ਜੀ, ਓਕੇ। ਇਹ ਤਾਂ ਸਨ ਬਲਦੇਵ ਸਿੰਘ ਨਰੁੱਤ ਜੀ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਖਾਦਾਂ ਬਾਰੇ। ਤੇ ਹੁਣ ਜਿਹੜਾ ਹੈਗਾ ਨਵੇਂ ਐਕਸਪਰਟ ਦੇ ਨਾਲ ਦੁਬਾਰਾ ਫੇਰ ਮਿਲਾਂਗੇ ਕਿਸੇ ਦਿਨ, ਤਦ ਤੱਕ ਲਈ ਧੰਨਵਾਦ।